ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਅਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਨੂੰ ਜਨਾਬੇ ਲਈ ਮੈਂ ਈਦ ਮੁਬਾਰਕ ਕੱਲ੍ਹ ਨਹੀਂ ਦੇ ਸਕਿਆ, ਔਰ ਜਨਾਬੇ ਲਈ ਮੇਰੇ ਭਰਾਵਾਂ ਅਤੇ ਦੋਸਤਾਂ ਨੂੰ ਜਨਾਬੇ ਲਈ ਮੈਂ ਉਮੀਦ ਕਰਨਾ ਕਿ ਮਾਸ਼ਾਅੱਲਾ ਈਦ ਅੱਛੀ ਗੁਜ਼ਰੀ ਹੋਏਗੀ ਔਰ ਮੇਰੇ ਵੀਰ ਸਭ ਵੀ ਠੀਕ ਹੋਣਗੇ ਜਿਹੜੇ ਮੇਰੇ ਭਰਾ ਓਵਰਸੀਜ਼ ਪਾਕਿਸਤਾਨੀ ਨੇ। ਅੱਲਾਹ ਤਾਲਾ ਉਹਨਾਂ ਨੂੰ ਵੀ ਜਨਾਬ ਖੁਸ਼ ਰੱਖੇ ਔਰ ਤੰਦਰੁਸਤੀ ਦਿੱਤੀ ਰੱਖੇ, ਔਰ ਜਿੰਨੇ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਅਸੀਂ ਇੱਕ ਜਨਾਬੇ ਲਈ, ਜਿੰਨੇ ਵੀਰ ਭਰਾ ਜੁੜੇ ਹੋਏ ਚੈਨਲ ਨਾਲ ਅਸੀਂ ਇੱਕ ਫੈਮਿਲੀ ਹਾਂ, ਔਰ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਹੈ ਭਾਈਆਂ ਲਈ ਇੱਕ ਭਰਾਵਾਂ ਅਤੇ ਵੀਰਾਂ ਵਾਲਾ ਕੰਮ ਕਰੀਏ ਔਰ ਸਾਫ਼ ਸੁਥਰਾ ਔਰ ਅੱਛਾ ਜਾਨਵਰ ਲੈ ਕੇ ਦੇਈਏ। ਜਿਹੜੀ ਅੱਜ ਵੀਡੀਓ ਲੈ ਕੇ ਹਾਜ਼ਰ ਹੋਣ ਲੱਗਿਆਂ ਪਿਓਰ ਚੋਲਸਤਾਨੀ, ਕਮ ਸੋ ਕਮ ਇਸ ਟਾਈਮ ਸਾਡੇ 42 ਡਿਗਰੀ ਜਨਾਬੇ ਲਈ 40 ਜਨਾਬੇ ਟੈਂਪਰੇਚਰ ਹੈ, ਔਰ ਗਾਂ ਨੂੰ ਕੋਈ ਗਰਮੀ ਦੀ ਪਰਵਾਹ ਨਹੀਂ। ਅੱਗੇ ਗਰਮੀ ਦੇ ਵਿੱਚ ਇਹ ਗਾਵਾਂ ਇੱਕ ਸਾਰ ਮੱਝਾਂ ਤਰ੍ਹਾਂ ਦੁੱਧ ਦੇਣ ਵਾਲੀਆਂ ਨੇ। ਗਰਮੀ ਸਰਦੀ ਦੀਆਂ ਸ਼ਹਿਜ਼ਾਦੀਆਂ ਨੇ, ਇਹ ਕੋਈ ਸੋਲ ਨਹੀਂ ਨੇ। ਇਹਨਾਂ ਨੂੰ ਇਹ ਨਹੀਂ ਕਿ ਚਿਚੜੀ ਪੈ ਗਈ, ਬਿਮਾਰ ਹੋ ਗਈ, ਰਕ ਮੂਤਰਾ ਲੱਗ ਗਿਆ। ਇਹ ਗਾਵਾਂ ਦੇ ਵਿੱਚ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਨਹੀਂ, ਇਹਨਾਂ ਨੂੰ ਜਿੱਥੇ ਬੰਨੋਗੇ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਕੋਈ ਕੇਅਰ ਨਹੀਂ ਕਰਨੀ ਪੈਣੀ। ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾਉਂਦੇ ਪਏ ਨੇ, ਮਗਰ ਦੋਸਤੋ ਇਹਦੇ ਵੱਛੀ ਏ, ਇੱਕ ਦੀਆਂ ਦੋ ਗਾਵਾਂ, ਵੱਛੀ ਦਾ ਵੀ ਰੰਗ ਏ ਔਰ ਮਾਂ ਦਾ ਵੀ। ਜਿੰਨਾ ਵੱਛੀ ਚ ਮਾਂ ਚ ਕਰਾ ਸੀ ਓਨਾ ਹੀ ਵੱਛੀ ਚ ਕਰਾ ਸੀ। ਚੋਲਸਤਾਨ ਦਾ ਪਿਓਰ ਜਨਾਬੇ ਲਈ ਫਰੀਜ਼ੀਅਨ ਡੱਚ ਕਰਾਸ ਏ। ਮੇਰੇ ਵੀਰ ਭਰਾ ਦੋਸਤ ਵੇਖ ਲੈਣ, ਸਿਰੋ ਦੋਸਤੋ ਮੋਨੀ, ਕੱਦ ਕਾਠ ਬੜਾ, ਥਣ ਮਾਸ਼ਾਅੱਲਾ ਬਾਕਮਾਲ ਲੱਗਿਆ ਆ, ਔਰ ਚਵਾ ਵੀ ਮੇਰਾ ਵੀਰ ਕਹਿੰਦਾ ਕਿ ਅਸੀਂ ਜਦੋਂ ਚੱਲਦਾ ਚਵਾ ਅਸੀਂ ਕਿਵੇਂ ਟੂਅਲ ਚੱਲ ਪਿਆ। ਅੱਲਾ ਦੇ ਹੁਕਮ ਨਾਲ ਟੂਅਲ ਵਾਲਾ ਚਵਾ, ਜਿਹੜੇ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਚਵਾ ਗਾਂ ਦਾ ਚੰਗਾ ਹੋਣਾ ਚਾਹੀਦਾ, ਲਾਜਵਾਬ। ਜਿੱਡਾ ਅੱਲਾ ਤਾਲਾ ਨੇ ਗਾਂ ਨੂੰ ਥਣ ਪਿਆਰਾ ਲਾਇਆ, ਓਡਾ ਹੀ ਮਾਸ਼ਾਅੱਲਾ ਆਰਡਰ ਕੁਆਲਿਟੀ ਲਾਇਆ, ਓਨੀਆਂ ਹੀ ਮਾਸ਼ਾਅੱਲਾ ਗਾਂ ਦੀਆਂ ਥਣਾਂ ਦੀਆਂ ਗਿਰਲਾਂ ਨੇ, ਔਰ ਪ੍ਰਿੰਟ ਵੀ ਖੂਬਸੂਰਤ ਇੱਕੋ ਜਿਹਾ ਪਿਓਰ ਚੋਲਸਤਾਨੀ ਵਾਲਾ ਪ੍ਰਿੰਟ, ਥਣ ਪਿਓਰ ਚੋਲਸਤਾਨੀ ਵਾਲਾ ਆਰਡਰ ਕੁਆਲਿਟੀ ਜਿਹੜਾ ਮੇਰੇ ਵੀਰ ਚੋਲਸਤਾਨੀ ਅਤੇ ਫਰੀਜ਼ਰ ਕਰਾਸ ਵਾਲਾ, ਪੂਰੀ ਗਾਂ ਦਾ ਆਰਡਰ ਕੁਆਲਿਟੀ ਐਨ ਜਨਾਬੇ, ਧੁੰਨੀ ਤੋਂ ਲੈ ਕੇ ਪੱਟਾਂ 'ਚੋਂ 3-3 ਇੰਚ ਬਾਹਰ ਕੱਢੀ ਫਿਰਦੀ ਏ। ਪੂਰੀ ਗਾਂ ਦੀ ਵੰਡ ਵੇਖਣੀ ਏ, ਨਸਲ ਜ਼ਾਤ ਵੇਖਣੀ ਏ, ਪੁੱਠੇ ਮੱਝਾਂ ਵਾਲੇ ਅੱਲਾ ਦੇ ਹੁਕਮ ਨਾਲ ਵਸਮ ਗਾਂ ਦੇ ਮੱਝਾਂ ਵਾਲੇ, ਔਰ ਇਹ ਜਨਾਬ ਮੇਰੇ ਵੀਰ ਭਰਾ ਦੋਸਤ ਜਿਹੜੇ ਲਿਜਾਣਗੇ ਦੁੱਧ ਮੱਝ ਦਾ ਨਾਲ ਚੋ ਲੈਣ, ਨਾਲ ਗਾਂ ਦਾ ਦੁੱਧ ਚੋ ਲੈਣ, ਇੱਕੋ ਜਿਹਾ ਅੱਲਾ ਦੇ ਹੁਕਮ ਨਾਲ ਹੋਏਗਾ। ਦੋ ਬਾਲਟੀਆਂ 'ਚ ਲਹਿਦਾ ਲਹਿਦਾ ਰੱਖ ਦੇਣਗੇ ਮੇਰੇ ਵੀਰ ਭਰਾ, ਇੱਕ ਟਾਈਮ ਆਪ ਵੀ ਭੁੱਲ ਜਾਣਗੇ ਸਾਡੀ ਗਾਂ ਦਾ ਕਿਹੜਾ ਅਤੇ ਮੱਝ ਦਾ ਦੁੱਧ ਕਿਹੜਾ। ਇੰਨਾ ਮਾਸ਼ਾਅੱਲਾ ਦੁੱਧ ਵਾਈਟ, ਇੰਨਾ ਸੰਘਣਾ ਸਿਰਫ ਔਰ ਸਿਰਫ ਚੋਲਸਤਾਨੀ ਕਰਾਸ ਗਾਂ ਦਾ ਹੋ ਸਕਦਾ ਹੈ। ਜਿੰਨੀ ਗਰਮੀ ਬਰਦਾਸ਼ਤ ਚੋਲਸਤਾਨੀ ਗਾਂ ਕਰਦੀ ਏ, ਕੋਈ ਨਸਲ ਹੋਰ ਨਹੀਂ ਬਰਦਾਸ਼ਤ ਕਰ ਸਕਦੀ। ਜਿਹਦੇ 'ਚ ਚੋਲਸਤਾਨ ਦਾ ਕਰਾਸ ਆ ਗਿਆ, ਉਹ ਗਾਵਾਂ ਅੱਲਾ ਦੇ ਹੁਕਮ ਨਾਲ, ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਮੱਝਾਂ ਬਣ ਜਾਂਦੀਆਂ ਨੇ। ਇਹ ਮੱਝ ਇਹ ਕੋਈ ਜਨਾਬੇ ਲਈ ਵੇਖਣ ਨੂੰ ਗਾਂ ਔਰ ਵਸਮਾਂ ਵੱਲੋਂ ਗਾਂ, ਨਸਲੋ ਜ਼ਾਤੋਂ ਗਾਂ ਜਨਾਬੇ ਲਈ। ਬਾਕੀ ਸਾਰੇ ਕੰਮ ਅੱਲਾ ਦੇ ਹੁਕਮ ਨਾਲ ਮੱਝ ਵਾਲੇ, ਦੁੱਧ ਮੱਝ ਵਾਲਾ, ਥਣ ਮੱਝ ਵਾਲਾ, ਨਸਲਾਂ ਜ਼ਾਤਾਂ ਜਿਹੜੀਆਂ ਨੇ ਰੋਜ਼ ਰੋਜ਼ ਦੋਸਤੇ ਜੀਆਂ ਨਹੀਂ ਲੱਭਦੀਆਂ। ਮਾਸ਼ਾਅੱਲਾ ਬਾ ਕਮਾਲ ਗਾਏ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ, ਨਸਲੋ ਜ਼ਾਤੋਂ ਅੱਲਾ ਦੇ ਫਜ਼ਲ ਨਾਲ ਮਾਸ਼ਾਅੱਲਾ ਲਾਜਵਾਬ। ਵਿੱਚੋਂ ਚੁਆਈ ਕਰਾਵਾਂਗਾ, ਭਰਾਵਾਂ ਦੀਆਂ ਤਸਲੀਆਂ ਕਰਾਵਾਂਗਾ। ਲੈਣ ਦੇਣ ਮੁਕੱਦਰਾਂ ਦਾ ਦੋਸਤੋ, ਸੌਦੇ ਨਸੀਬਾਂ ਦੇ ਨੇ। ਇੱਕ ਇੱਕ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਹੋਏਗੀ, ਕੋਈ ਤੁਹਾਡੀ ਨਜ਼ਰ ਤੋਂ ਓਝਲ ਨਹੀਂ ਹੋਏਗੀ। ਜਿਹੜੇ ਮੇਰੇ ਵੀਰ ਗਵਾਲ 'ਚ ਕਹਿੰਦੇ ਨੇ ਕਿ ਦੋ ਮੱਝਾਂ ਰੱਖਣ ਨਾਲੋਂ ਇੱਕ ਗਾਂ ਅੱਲਾ ਦੇ ਹੁਕਮ ਨਾਲ ਰੱਖੀ ਚੰਗੀ ਹੈ, ਦੋ ਮੱਝਾਂ ਜਿੰਨਾ ਦੁੱਧ ਦੇਗੀ ਕਰਮਾਂ ਵਾਲੀ, ਔਰ ਇਨਸ਼ਾਅੱਲਾ ਤਾਲਾ ਚੁਆ ਵੀ ਚੰਗਾ ਹੋਏਗਾ, ਥਣ ਵੀ ਚੰਗਾ ਲੱਗਿਆ ਗਾਏ ਨੂੰ, ਨਸਲੋ ਜ਼ਾਤੋਂ ਮਾਸ਼ਾਅੱਲਾ ਪੂਰੀ ਮਾਸ਼ਾਅੱਲਾ ਜਿਹਨੂੰ ਕਹਿੰਦੇ ਨੇ।
ਪੂਰੀ ਗੇਰ ਵਾਲੀ ਗਾਂ ਜਿਹਨੂੰ ਆ ਦਿੰਦੇ ਨਾ ਗੇਰ ਵਾਲੀ, ਅੱਲਾ ਦੇ ਗੁਨਾਹ ਹੋਈ ਹੈ, ਉਤਰਾ ਬਾਲਟੀ ਫੜਾ ਕੇ ਆ ਪੂਰੀ ਮਾਸ਼ਾਅੱਲਾ ਗਾਏ ਦਾ ਅੰਗ ਅੰਗ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਕੈਮਰੇ ਦੀ ਅੱਖ ਨੇ ਸੱਚ ਵਿਖਾਇਆ ਅਤੇ ਸੱਲੀਆਂ ਕਰਾਈਆਂ ਨੇ ਵੀਰਾਂ ਦੀਆਂ, ਕੋਈ ਕਦੇ ਭਰਾਵਾਂ ਦੀ ਨਜ਼ਰ ਤੋਂ ਚੀਜ਼ ਓਝਲ ਨਹੀਂ ਰਹਿਣ ਦੇਈਦੀ, ਇੱਕ ਇੱਕ ਚੀਜ਼ ਪੂਰੀ ਤਸੱਲੀ ਨਾਲ ਪੂਰੀ ਡਿਟੇਲ ਨਾਲ ਦਿਖਾਈ ਜੀ। ਬੱਚੀ ਵਾ ਪਗੜ ਲਾ ਦਿੱਤਾ ਇੱਕ ਅੱਗੇ ਬੰਦ ਗਾਂ ਬਿਲਕੁਲ ਸਾਰੀਆਂ ਗੱਲਾਂ ਵੀਰਾਂ ਦੱਸੀਆਂ ਨੇ। ਬਾਲਟੀ ਮੋਦੀ ਕਰ ਚੱਲ, ਚੋਣੀ ਸ਼ੁਰੂ ਕਰ, ਅੱਲਾ ਨੂੰ ਯਾਦ ਕਰਕੇ ਬਿਸਮਿਲ੍ਲਾਹ ਰਹਿਮਾਨ। ਸਾਰਿਆਂ ਥਾਣਾ ਚ ਆਈ ਸਾਹਿਬ ਧਾਰ ਧਾਰ ਮਾਰ ਕੇ ਵਿਖਾਇਆ ਜੀ ਪਹਿਲੇ, ਐ ਮਾਸ਼ਾਅੱਲਾ ਦੇਖੋ ਮੇਰੇ ਪਾਚਵਾ ਮਾਸ਼ਾਅੱਲਾ, ਜਿਵੇਂ ਟੂਵਲ ਚੱਲ ਪੈਂਦਾ ਇਸੇ ਤਰੀਕੇ ਮਾਸ਼ਾਅੱਲਾ। ਠੀਕ ਹੈ ਜੀ, ਠੀਕ ਹੈ ਜੀ, ਬਸ ਠੀਕ ਹੈ, ਸਵਾਈ ਸ਼ੁਰੂ ਕਰ, ਅੱਲਾ ਨੂੰ ਯਾਦ ਕਰ। ਚੁਆ ਵੇਖਣ ਮੇਰੇ ਭਰਾ ਮਾਸ਼ਾਅੱਲਾ ਬੜਾ ਬਾ ਕਮਾਲ, ਦੁੱਧ ਮਾਸ਼ਾਅੱਲਾ ਬਿਲਕੁਲ ਐਸਾ ਬੰਦੇ ਚਿੱਟਾ ਸਫੈਦ ਜਵੇਦ ਭਾਈ ਜਿਵੇਂ ਮੱਝ ਜਾਂਦਾ, ਤੇ ਪੂਰੀ ਗਵਾਲਣ ਗਾਂ ਪੂਰਾ ਮਾਸ਼ਾਅੱਲਾ ਚੁਆ ਵੇਖਦੇ ਪਏ ਨੇ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਦੇਖ ਕੇ ਗੱਲ ਅੱਲਾ ਦੇ ਗੱਲਾਂ। ਪਸੰਦ ਆਵੇ ਲਾਈਕ ਸ਼ੇਅਰ ਕਮੈਂਟ, ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਦੋਸਤੋ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਮਾਸ਼ਾਅੱਲਾ ਬਾਲਟੀ ਵੇਖੋਗੇ ਅੱਲਾ ਦੇ ਗੁਨਾਹ ਤਾਂ ਤਾਰੀਆਂ ਲੈਂਦੀ ਆਵੇਗੀ। ਮਾਸ਼ਾਅੱਲਾ ਇੰਨਾ ਚੁਆ ਗਾਂ ਦਾ ਲਾਜਵਾਬ ਲੱਗਿਆ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣਾ, ਤਸੱਲੀਆਂ ਕਰਨੀਆਂ ਨੇ ਅੱਲਾ ਦੇ ਗੁਨਾਹ। ਇਹਦੀਆਂ ਤਸੱਲੀਆਂ ਸਿਰਫ ਔਰ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਨੂੰ ਕਰਾਉਂਦਾ, ਤੁਹਾਡੇ ਲਈ ਮਿਹਨਤ ਕਾਸ਼ਾਂ। ਵੀਡੀਓ ਪਸੰਦ ਆਵੇ ਇਹਨੂੰ ਲਾਈਕ ਸ਼ੇਅਰ ਕਮੈਂਟ, ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਦੋਸਤੋ ਕਰਨਾ ਨਾ ਭੁੱਲਿਆ ਕਰੋ, ਨਾਲ ਹੀ ਲੱਗਿਆ ਬੈੱਲ ਆਈਕੋਨ ਦਾ ਬਟਨ ਨੂੰ ਜ਼ਰੂਰ ਦਬਾਇਆ ਕਰੋ ਕਿ ਹਰ ਆਉਣੇ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਭਰਾਵਾਂ ਦੋਸਤਾਂ ਤੱਕ ਬਆਸਾਨੀ ਨਾਲ ਪਹੁੰਚਦਾ ਰਹੇ। ਆਪਣੇ ਵੀਰਾਂ ਦੀਆਂ ਮਿਹਨਤਾਂ ਵੇਖੋ, ਕਾਵਿਸ਼ਾਂ ਵੇਖੋ, ਪੂਰੇ ਅੱਲਾ ਦੇ ਹੁਕਮ ਨਾਲ ਦਿਲੋਂ ਜਾਨ ਤੋਂ ਕਰੀਦੀਆਂ ਨੇ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਮੈਂ ਆਪਣੇ ਵੀਰਾਂ ਲਈ ਹਮੇਸ਼ਾ ਸਾਫ਼ ਸੁਥਰਾ ਔਰ ਅੱਛਾ ਕੰਮ ਕਰਦਾ ਰਹਾਂ, ਔਰ ਆਖਰੀ ਦਮ ਤੱਕ ਔਰ ਅੱਲਾ ਤਾਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਅੱਛੇ ਤਰੀਕੇ ਨਾਲ ਇਸੇ ਤਰੀਕੇ ਆਪਣੇ ਵੀਰਾਂ ਲਈ ਕੰਮ ਕਰਦਾ ਰਹਾਂ, ਔਰ ਸਾਫ਼ ਸੁਥਰੇ ਔਰ ਅੱਛੇ ਕੁਆਲਿਟੀ ਦੇ ਜਾਨਵਰ ਲੈ ਕੇ ਹਾਜ਼ਰ ਹੁੰਦਾ ਰਹਾਂ। ਔਰ ਹਮੇਸ਼ਾ ਆਪਣੇ ਵੀਰਾਂ ਨੂੰ ਦੱਸਿਆ ਹੈ ਕਿ ਜਿਹੜੀ ਖੂਬੀ ਖਾਮੀ ਜ਼ਰੂਰ ਬਿਆਨ ਕੀਤੀ ਹੈ, ਜਿਸ ਜਾਨਵਰ 'ਚ ਖਾਮੀ ਉਹ ਕਦੇ ਲਾਇਆ ਕੋਈ ਨਹੀਂ, ਜਿਹਦੀ ਖੂਬੀ ਹੈ
ਜਾਂ ਸਾਫ ਸੁਥਰਾ ਜਾਨਵਰ ਹੈ, ਸਿਰਫ ਉਹ ਲਾਈਦਾ ਆਪਣੇ ਵੀਰਾਂ ਵਾਸਤੇ। ਗਾਂ ਹਰ ਪਾਸੋਂ ਮਾਸ਼ਾਅੱਲਾ ਲਾਜਵਾਬ ਹੈ, ਹਰ ਪਾਸੋਂ ਜਿਹਨਾਂ ਨੂੰ ਕਹਿੰਦੇ ਨੇ ਨਾ ਚਾਰੇ ਨੁਕਰਾਂ, ਮਾਸ਼ਾਅੱਲਾ ਗਾਂ ਦੀਆਂ ਪੂਰੀਆਂ ਨੇ। ਲੈਣੇ ਦੇਣੇ ਦੋਸਤੋ ਮੁਕੱਦਰ ਹੁੰਦੇ ਨੇ, ਸੌਦੇ ਨਸੀਬਾਂ ਦਿੰਦੇ ਨੇ। ਜਾਨਵਰ ਸਾਫ ਸੁਥਰਾ ਹੋਵੇ, ਚੰਗਾ ਹੋਵੇ ਅਤੇ ਨਸਲ ਜ਼ਿਆਦਾ ਪਿਆਰਾ ਹੋਵੇ। ਥੋੜ੍ਹਾ ਕੈਮਰਾ ਮੈਨ ਸਭ ਇੱਥੇ ਆ ਜਾਓ, ਬੱਚੀ ਥੋੜ੍ਹੀ ਪਿਛਾ ਆ ਜੀ, ਤੁਸੀਂ ਇੱਥੇ ਆ ਜਾਓ। ਪੂਰਾ ਨਾ ਚੁਆ ਤੁਹਾਡਾ ਸਾਹਮਣੇ ਰਹੇ ਵੀਰਾਂ, ਚੁਆ ਕੈਮਰੇ ਦੀ ਅੱਖ ਦੇ ਸਾਹਮਣੇ ਕਰਾਉਣ ਦਾ ਇਹ ਹੁੰਦਾ ਕਿ ਪੂਰਾ ਚੁਆ ਰਹੇ ਵੀਰਾਂ ਸਾਹਮਣੇ। ਬਾਲਟੀ ਲਿਆ ਪੁੱਤਰ, ਦੇ ਕੇ ਆ ਹੋਰ ਆ ਦੇ ਟਾਈਮ, ਬਾਲਟੀ ਨਾ ਇੱਥੇ ਲਿਆ ਕੇ ਰੱਖ ਦੇ ਨਿੱਕਿਆ ਪੁੱਤਰ, ਕੈਮਰਾ ਮੈਨ ਸਭ ਤੋਂ ਪਿੱਛੇ ਹੋ ਜਾਓ। ਬਾਲਟੀ ਇੱਥੇ ਲਿਆ ਕੇ ਰੱਖ ਦੇ ਪੁੱਤਰ, ਉਹ ਬਾਲਟੀ ਪਗੜ ਪਗੜ ਇੱਥੇ ਲਿਆ ਗਿਆ ਚੋਣੀ ਸ਼ੁਰੂ ਕਰੋ। ਅੱਲਾ ਨੂੰ ਯਾਦ ਕਰ, ਆਵਾਜ਼ ਵੇਖੋ, ਥਾਂ ਚਵਾ ਵੇਖੋ, ਗਾਂ ਦਾ ਕਿੰਨਾ ਪਸਮਾ, ਕਿੰਨਾ ਟੈਟ ਆਵਾਜ਼ ਅੱਲਾ ਉਹਦੀਆਂ ਇੱਥੇ ਪੀਆਂ ਆਉਂਦੀਆਂ ਨੇ ਆਵਾਜ਼ਾਂ। ਇਹਨਾਂ ਨੂੰ ਕਹਿੰਦੇ ਨੇ ਚਵਾ ਲਾਜਵਾਬ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਘੱਟ ਗਾਵਾਂ ਦਾ ਚੁਆ ਹੁੰਦਾ ਹੈ ਸਭ। ਕ੍ਰਾਸ ਗਾਂ ਦਾ ਇਹ ਤਾਂ ਫਾਇਦੇ ਹੁੰਦੇ ਨੇ, ਗਾੜੀ ਪਿਛਾੜੀ ਇੱਕੋ ਜਿਹੀ ਹੁੰਦੀ ਹੈ, ਥਣ ਵੀ ਮਾਸ਼ਾਅੱਲਾ ਚਾਰੇ ਇੱਕੋ ਬਰਾਬਰ ਗਾਏ ਦੇ। ਬੜਾ ਕਮਾਲ ਦਾ ਚੁਆ ਹੈ। ਹੁਣ ਦੋ ਥਣ ਆਈ ਸਾਹਿਬ ਨੇ ਦੁਬਾਰਾ ਤੇ ਪਕੜੇ ਨੇ, ਪਹਿਲੇ ਦੋ ਥਾਣਾਂ 'ਚ ਬਾਲਟੀ ਕੱਢੀ ਹੈ, ਹੁਣ ਦੂਸਰੇ ਦੋ ਥਾਣ ਮਾਸ਼ਾਅੱਲਾ ਆਈ ਸਾਹਿਬ ਨੇ ਪਕੜੇ ਨੇ। ਤਸੱਲੀਆਂ ਕਰਾਈ ਦੀਆਂ ਨੇ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ। ਗਾਂ ਦਾ ਚੁਆ ਚੰਗਾ, ਪਸਮਾ ਚੰਗਾ, ਨਸਲੋ ਜ਼ਾਤੋ ਚੰਗੀ, ਕੱਦ ਕਾਠ ਚੰਗਾ, ਲੰਮੀ ਲੱਜੀ ਪੂਰੀ, ਮਗਰ ਵੱਛੀ ਮਾਸ਼ਾਅੱਲਾ, ਜੇ ਜੀ ਮਾਂ ਉਹ ਜੀ ਮਗਰ ਵੱਛੀ। ਹਰ ਗੱਲ ਦੀਆਂ ਤਸੱਲੀਆਂ ਕਰਾਉਂਦਾ ਪਿਆ ਮੈਂ ਭਰਾਵਾਂ ਨੂੰ। ਲੈਣੇ ਦੇਣੇ ਦੋਸਤੋ ਮੁਕੱਦਰ ਹੁੰਦੇ ਨੇ, ਪੂਰੀ ਗਾਂ ਦਾ ਵਿਊ ਮੇਰੇ ਵੀਰਾਂ ਸਾਹਮਣੇ ਆ ਰਿਹਾ। ਇਹ ਨਹੀਂ ਕਿ ਸਿਰਫ ਗਾਂ ਅੱਗੋਂ ਦਿਸੇ ਦਾ ਅਤੇ ਪਿੱਛੋਂ ਬਸ ਬਾਨੇ 'ਤੇ ਲਾਈ ਰੱਖੀ, ਪੂਰੀ ਗਾਂ ਦਾ ਵਿਊ ਮੇਰੇ ਵੀਰਾਂ ਦੇ ਸਾਹਮਣੇ। ਇਹਨਾਂ ਨੂੰ ਕਹਿੰਦੇ ਨੇ ਚੁਆਈਆਂ ਔਨਲਾਈਨ, ਇਹਨਾਂ ਨੂੰ ਕਹਿੰਦੇ ਨੇ ਅੱਲਾ ਦੇ ਹੁਕਮ ਨਾਲ ਪੂਰੀ ਕੈਮਰੇ ਦੀ ਅੱਖ ਦੇ ਸਾਹਮਣੇ, ਅੱਲਾ ਦੇ ਹੁਕਮ ਨਾਲ ਤਸੱਲੀ ਬਖਸ਼ ਕੰਮ। ਇਸ ਤਰੀਕੇ ਮੇਰੇ ਵੀਰ ਘਰ ਬੈਠੇ ਵੀ ਕਮਰਿਆਂ 'ਚ ਬੈਠੇ ਇਸ ਤਰੀਕੇ ਲੱਗੇਗਾ ਜਿਵੇਂ ਜਨਾਬੇ ਲਈ ਚੁਆਈ ਉੱਪਰ ਕਰਾ ਰਹੇ ਨੇ ਬੈਠ ਕੇ। ਮਾਸ਼ਾਅੱਲਾ ਇੰਨੀ ਸਫਾਈ ਨਾਲ ਔਰ ਇੰਨੀ ਅੱਛੇ ਤਰੀਕੇ ਨਾਲ ਕਰਵਾਈ ਦੀ ਹੈ, ਕੈਮਰੇ ਦੀ ਅੱਖ ਇੱਕ ਸਕਿੰਟ ਵੀ ਪਰਾਂ ਨਹੀਂ ਹੁੰਦੀ, ਇੱਕ ਇੱਕ ਕੈਮਰੇ ਦੀ ਅੱਖ ਦਾ ਮੇਰੇ ਵੀਰਾਂ ਦੇ ਸਾਹਮਣੇ ਹੁੰਦੀ ਹੈ। ਚੁਆ ਦਾ ਇੱਕ ਇੱਕ ਤਾਰ ਗਿਣ ਲੈਣ ਅੱਲਾ ਦੇ ਹੁਕਮ ਨਾਲ ਮੇਰੇ ਵੀਰਾਂ ਦੇ ਸਾਹਮਣੇ ਹੋਏਗੀ, ਇੱਕ ਇੱਕ ਤਾਰ
ਇਨਸ਼ਾਅੱਲਾ। ਇਹ ਆਉਂਦੀਆਂ ਨੇ ਚੁਆਈਆਂ, ਇਹ ਆਉਂਦੇ ਨੇ ਔਨਲਾਈਨ ਕੰਮ। ਇਹ ਨਹੀਂ ਕਿ ਚੁਆਈ ਕਿੱਧਰ ਹੁੰਦੀ ਫਿਰ ਜੀ, ਵੇ ਕੈਮਰਾ ਕਿੱਧਰ ਭੱਜਿਆ ਫਿਰੇ, ਪੂਰਾ ਕੈਮਰਾ ਮੇਰੇ ਵੀਰਾਂ ਦੇ ਸਾਹਮਣੇ, ਪੂਰੀ ਚੁਆਈ ਲਾਈਫ ਜਿਹੜੀ ਹੁੰਦੀ ਪਈ ਮੇਰੇ ਵੀਰ ਕੈਮਰੇ ਦੀ ਅੱਖ ਦੇ ਸਾਹਮਣੇ ਵੇਖਦੇ ਪਏ ਨੇ। ਲੈਣੇ ਦੇ ਮੁਕੱਦਰ ਨੇ ਦੋਸਤੋ, ਸੌਦੇ ਨਸੀਬਾਂ ਦੇ ਨੇ। ਇਨਸ਼ਾਅੱਲਾ ਤਾਲਾ ਖਰਾ ਜਾਨਵਰ ਸਾਫ਼ ਸੁਥਰਾ ਲੈਣਾ ਅਤੇ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਏ। ਬਾਕੀ ਗੱਲਾਂ ਬਾਤਾਂ ਸੁਣੀਆਂ ਨੇ ਅਤੇ ਪੂਰਾ ਜਾਗ ਕੇ ਜਿਵੇਂ ਲੋਕ ਗੱਲਾਂ ਸੁਣਾਉਂਦੇ ਨੇ, ਸਾਡੇ ਤੋਂ ਉਹ ਗੱਲਾਂ ਨਹੀਂ ਸੁਣਾਈਆਂ ਜਾਂਦੀਆਂ। ਅਸੀਂ ਸਿਰਫ ਔਰ ਸਿਰਫ ਜਾਨਵਰ ਦੇ ਮੁਤਲਕ ਗੱਲ ਕਰੀ ਦੀਏ, ਅੱਲਾਹ ਦੇ ਫਜ਼ਲ ਦੇ ਕਰਮ ਦੇ ਨਾਲ। ਉਹਦਾ ਮਕਸਦ ਇਹ ਕਿ ਜਾਨਵਰ ਦੇ ਮੁਤਲਕ ਗੱਲ ਹੋਣਾ ਚਾਹੀਦੀ ਏ, ਫਜ਼ੂਲ ਐਰਾ ਗਹਿਰਾ ਗੱਲਾਂ ਨਹੀਂ ਬਣਦੀਆਂ ਮੇਰੇ ਵੀਰਾਂ ਦੇ ਸਾਹਮਣੇ। ਯਾਰ ਗੱਲ ਭਾਈ ਜਾਨ ਬੱਚਨ ਛੱਡ ਦਿਓ, ਬਾਕੀ ਦੁੱਧ ਅੱਛਾ ਲਿਆ ਪੁੱਤਰ ਹੋਰ ਕੁਝ ਦੇ, ਪਾਂਦਾ ਦੇ, ਛੱਡ ਦੇ ਛੱਡ ਦੇ। ਚੱਲ ਬੱਚੇ ਨੂੰ ਬੱਚੀ ਰਾਜ ਜਾਣੀ ਹੈ, ਛੱਡ ਦੇ ਬੱਚੀ ਨੂੰ, ਬੱਚੀ ਛੱਡ ਦੇ, ਤਾਰ ਲਾ ਪਾ ਪੀ ਲੈ ਕੋਈ ਗੱਲ ਨਹੀਂ। ਹਾਲੇ ਦੋ ਥਾਂ 'ਚ ਮੇਰੇ ਵੀਰਾਂ ਨੂੰ ਪਤਾ ਬਾਲਟੀ ਕੱਢੀ ਸੀ ਅਤੇ ਬਾਕੀ ਉੱਤੇ ਵੀ ਥਾਂ ਕਿਲੋ ਡੇਢ 'ਚ ਹੈ। ਬਸ ਕਰ ਮਿਲਦਾ ਪਿਆ ਯਾਰ, ਬੇਰੁਚੀ ਨਾ ਕਰ ਤੁਰ ਵੀ ਯਾਰ, ਹਾਜੀ ਸਾਹਿਬ ਇਹ ਬੇਰੁਚੀ ਨਾ ਕਰ ਮੇਰਾ ਪਿਆ। ਨਿਆ ਪੁੱਤਰ ਗੜਵੀ ਦੇ ਦੇਖਦੇ ਪੈਣ ਦੁੱਧ ਮੇਰੇ ਵੀਰਾਂ ਸਾਹਿਬ ਨੇ ਬੜਾ ਸੰਘਣਾ ਮਾਸ਼ਾਅੱਲਾ ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਜਨਾਬ ਇੱਕ, ਇਹ ਜਨਾਬ ਦੋ, ਇਹ ਜਨਾਬ ਤਿੰਨ, ਇਹ ਜਨਾਬ ਚਾਰ, ਇਹ ਜਨਾਬ ਪੰਜ, ਇਹ ਜਨਾਬ ਛੇ, ਇਹ ਜਨਾਬ ਸੱਤ, ਜਨਾਬ ਅੱਠ, ਇਹ ਜਨਾਬ ਮਾਸ਼ਾਅੱਲਾ ਅੱਠ, ਇਹ ਜਨਾਬ ਨੌ, ਮਾਸ਼ਾਅੱਲਾ ਨੌ, ਇਹ ਜਨਾਬ ਦਸ, ਇਹ ਜਨਾਬ ਗਿਆਰਾਂ, ਇਹ ਜਨਾਬ ਬਾਰਾਂ, ਇਹ ਜਨਾਬ ਤੇਰਾਂ, ਇਹ ਜਨਾਬ ਚੌਦਾਂ, ਇਹ ਜਨਾਬ ਮੇਰੇ ਵੀਰ ਦੇ 14 ਗਰਮ ਹੋਇਆ ਮੱਛੀ ਨੂੰ ਰਜਵਾ ਛੱਡਿਆ ਮੇਰੇ ਵੀਰਾਂ, ਵਹਾਓ ਕੈਮਰਾਮੈਨ ਸਾਹਿਬ ਮੱਛੀ ਨੂੰ ਰਜਵਾ ਛੱਡਿਆ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ। ਇੱਧਰ ਆ ਜਾ ਭਾਈ, ਇੱਧਰ ਆ ਵਿਖਾਓ ਕੈਮਰਾਮੈਨ ਸਾਹਿਬ, ਬੱਚਾ ਚੁੰਘਦਾ ਵਿਖਾਓ, ਤਸੱਲੀਆਂ ਵੀਰਾਂ ਦੀਆਂ ਕਰਾਓ ਮਾਸ਼ਾਅੱਲਾ। ਜੇ ਜੀ ਮਾਂ ਉਹ ਜੀ ਮਗਰ ਮੱਛੀ ਹਰ ਗੱਲ ਦੀਆਂ ਤਸੱਲੀਆਂ ਕਰਾ ਦਿੱਤੀਆਂ ਨੇ। ਆ ਜਾ ਭਾਈ ਜਾਨ, ਹੁਣ ਮੇਰਾ ਵੀਰ ਇਹ ਦੱਸਣੀ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਆਪਾਂ ਪੱਕੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਸੱਚੀਆਂ ਜੀ ਹਮੇਸ਼ਾ ਤਾਂ।
ਇਹ ਗਾਂ ਥੱਲੇ ਆਪਣੇ ਕੋਲ ਠੰਡਾ ਦੁੱਧ ਜਿਹਦੀ ਆਪਾਂ ਲੋਹੇ ਰੰਗੀ ਗਰੰਟੀ ਬਾਅਦ ਚੱਕ ਕੇ ਆਵਾਜ਼ ਦੇ ਸਕੀਏ। ਇਹ ਨਹੀਂ ਕਿ ਬਾਅਦ 'ਚੋਂ ਮੇਰਾ ਕੋਈ ਵੀਰ ਆਪਣੇ ਤੋਂ ਚੁਆਈ ਸੁਬਹਾ ਦੀ ਮੰਗੇ ਔਨਲਾਈਨ ਵੀ ਅਤੇ ਗੱਲ 'ਚ ਕੋਈ ਵਾਧਾ ਘਾਟਾ ਨਿਕਲੇ। ਪੱਕੀ ਗੱਲ ਸੁਣਾ ਦੇ ਆਪਣੀ ਗਾਂ ਕੋਲ ਦੁੱਧ ਕਿੰਨੇ ਆਪਣੀ ਗਾਂ 'ਚੋਂ 14 ਕਿਲੋ ਇੱਕ ਮੇਰੇ ਭਰਾ ਕਦੇ ਯਾਦ ਕਰਨ ਦੇ ਵੇਖੋ ਕੈਮਰਾ ਦਿਖਾਵੇ ਨਿੰਬੂ ਤਰ੍ਹਾਂ ਚੁੜ ਗਈ ਬਿਲਕੁਲ ਚੁਗਣ ਦੀ ਪਿੱਛਾ ਕੱਢੇ ਜੇਰ ਨਾ ਪਾਈਏ ਮੈਂ ਬਿਲਕੁਲ ਤਾਬੇਦਾਰ ਹਾਂ। ਤੁਹਾਨੂੰ ਪਤਾ ਅੱਜ ਸ਼ਬਦ ਮੇਰਾ ਨਾਂ ਹੈ ਅਲਹਮਦੁਲਿਲਾ ਦੇਸ਼ ਪੰਜਾਬ ਬੜੇ ਦੇਸ਼ ਪੰਜਾਬ ਨਾਲ ਜਿਹੜੇ ਰਾਸ ਕਰੇ ਜੁੜੇ ਨੇ ਉਹਨਾਂ ਨੂੰ ਮੁਬਾਰਕ ਦੇਵਾਂ ਤਾਂ ਮੈਂ ਈਦ ਮੁਬਾਰਕ ਉਹਨਾਂ ਹੋਵੇ ਅਤੇ ਅਲਹਮਦੁਲਿਲਾ ਸ਼ਬਦ ਦਾ ਰਿਕਾਰਡ ਹੈ ਔਰ ਤੁਹਾਡੇ ਤਾਵਣ ਭਰਾਵਾਂ ਦੇ ਨਾਲ ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ ਜੀ ਇੱਜ਼ਤ ਕਰਨਾ ਚਾਹੀਦਾ ਹਾਂਜੀ ਅਤੇ ਮੈਂ ਇਹ ਵੀ ਆਪਾਂ ਅੱਲਾਹ ਦੇ ਨਬੀ ਦੀ ਵੀ ਸੁਨਤ ਹੈ ਕਿ ਨਫਾ ਲੈਣਾ ਤੁਹਾਡਾ ਆਖੇ ਭਾਵੇਂ ਤੁਸੀਂ ਸ਼ਹਿਰ 100 ਦੀ ਨਾ ਤੇ 1000 ਵੀ ਲੈ ਸਕਦੇ ਪਰ ਆਟੇ 'ਚ ਲੂਣ ਜਿੰਨਾ ਆਪਾਂ ਕਰਨਾ ਜੀ ਅਸਲ ਜਿਹੜਾ ਆਖੇ ਜਿਹੜਾ ਕਾਰੋਬਾਰ ਜਿਹੜਾ ਲੋਕ ਚਲਾ ਸਕਦੇ ਚੱਲਦਾ ਉਹਨਾਂ ਦਾ ਹੀ ਚੱਲਦਾ ਜਿਹੜਾ ਆਟੇ 'ਚ ਲੂਣ ਜਿੰਨਾ ਨਫਾ ਰੱਖਦੇ ਨੇ ਜੀ ਬਿਲਕੁਲ ਬਿਲਕੁਲ ਆਟਾ ਜਿੰਨਾ ਨਾ ਆਟੇ 'ਚ ਲੂਣ ਜਿੰਨਾ ਆਪਾਂ ਨਫਾ ਰੱਖ ਕੇ ਯਾਨੀ ਕਿ ਗੱਲ ਕਰਨੀ ਹੈ ਵਾਧ ਨਹੀਂ ਕਰਨੀ ਪਹਿਲੇ ਪਤਾ ਵੀ ਭਾਈ ਜਵੇਦ ਗੱਲਾਂ ਵੀਡੀਓ ਲੰਮੀ ਹੁੰਦੀ ਵੀ ਬਹੁਤ ਜ਼ਿਆਦਾ ਨਾਲ ਅਲਹਮਦੁਲਿਲਾ ਆਪਣੀ ਬੜੀ ਵੀਡੀਓ ਲੰਮੀ ਹੁੰਦੀ ਵੀ ਮੁੱਲ ਪੱਕਾ ਜਾਂ ਕਰ ਵੀਰ ਇੰਨੀ ਗੱਲ ਫਿਰ ਲੰਮੀ ਸੁਣਦੇ ਆਦੀ ਨਹੀਂ ਹੁੰਦੀ ਜੀ ਮੁੱਲ 360,000 ਹੈ ਲੇਕਿਨ ਲੈਣਾ ਜੋ ਲੈਣਾ ਨਾ 340,000 ਲੈਣਾ 360,000 ਰੁਪਈਆ ਦਾ ਰੇਟ ਹੈ ਜਿਹੜੀ ਫਾਈਨਲ ਗੱਲ ਕਰਨੀ ਆਪਾਂ ਵੀਰਾਂ ਨਾਲ 340,000 340 ਦੇ ਵਿੱਚੋਂ ਕੋਈ ਮਾਵਤਾ ਕੋਈ ਸ਼ਫਕਤਾਂ ਦੇਖੋ ਜੀ ਮੁਨਾਸਬ ਬਿਲਕੁਲ ਮੈਂ ਜ਼ਿਆਦਾ ਮੁੱਲ ਨਹੀਂ ਕਦੇ ਮੰਗਿਆ ਮੇਰੇ ਵੀਰ ਦੇ ਪਏ ਨੇ 360,000 ਰੁਪਇਆ ਮੰਗ ਕੇ ਭਾਈ ਹੋਰਾਂ ਨੇ 340,000 ਤੇ ਫਾਈਨਲ ਕੀਤੀ ਗੱਲ ਭਰਾਵਾਂ ਲਈ ਪੂਰੀ ਮੁਹੱਬਤ ਪੂਰੀ ਚਾਹਤ ਕਰਾਵਾਂਗੇ 27 ਕਿਲੋ ਮਾਲਕਾਂ ਦਾ ਆਖਣਾ ਹੈ ਪਹਿਲਾਂ ਦਾ ਮੈਂ 26-27 ਕਿਲੋ ਪਹਿਲੇ ਸੂਏ ਦਾ ਰਿਕਾਰਡ ਹੈ ਹੁਣ 24 ਲੀਟਰ ਦਾ ਆਪਾਂ 22 ਲੀਟਰ ਦਾ ਦਿੰਦੇ ਪਏ ਨੇ ਗਰੰਟੀ ਮੱਛੀ ਨੇ ਚੁੰਗ ਲਿਆ ਹਰ ਗੱਲ ਮੇਰੇ ਵੀਰਾਂ ਦੇ ਲਈ ਪੂਰੀ ਅਸੀਲ ਸੌਗਾਏ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ ਸੌਦੇ ਨਸੀਬਾਂ ਦਿੰਦੇ ਨੇ ਜਾਨਵਰ ਦਾ ਅੰਗ ਅੰਗ ਦਿਖਾ ਦਿੱਤਾ ਹੈ ਅਗਰ ਅੱਜ ਵਾਲੀ ਵੀਡੀਓ ਪਸੰਦ ਆਉਂਦੀ ਬੱਚੀ ਦੇਖ ਲੈਣ ਰਾਜਗੀ ਪਾਈ ਬੱਚੀ ਲੈ ਕੱਢ ਕੇ ਬੱਚੀ ਫੜ ਕੇ ਦਿਆ ਭਰਾਵਾਂ ਨੂੰ ਵਿਖਾ ਮਾਸ਼ਾਅੱਲਾ ਟੋਰ ਰੰਗੀ ਬਣ ਗਈ ਹੈ ਜਿਹੜਾ ਮੇਰਾ ਭਰਾ ਖਰੀਦਣਾ ਚਾਹੁੰਦਾ ਹੈ ਉਹ ਰਾਬਤਾ ਨੰਬਰ ਲੈ ਸਕਦੇ 0300 ਪੂਰਾ ਜੀ 510 ਜੀ 40-51 ਦੇ ਪੈਣੇ ਬੱਚੀ ਵੀ ਬਿਲਕੁਲ ਤੋੜ ਤੀ ਕਰਿਕੋ ਜੀ ਪਈ ਹੈ ਕੋਈ ਬੰਨ ਕੋ ਨਹੀਂ ਕੋਈ ਕੁਛ ਕੋ ਨਹੀਂ ਔਰ ਇਸੇ ਕ੍ਰਾਸ ਦੇ ਵਿੱਚ ਹੀ ਹੈ ਔਰ ਅੱਜ ਦੀ ਵੀਡੀਓ ਨਾਲ ਆਪਣੇ ਮਿਜ਼ਬਾਨ ਮੁਹੰਮਦ ਜਵੇਦ ਦੇ ਇਜਾਜ਼ਤ ਵਾਲਾ ਨਿਗਰਾਨ ਪਾਕਿਸਤਾਨ